ਵਿਧਾਨ ਸਭਾ ਦੇ ਵਿੱਚ ਜੋ ਮਤੇ ਪੇਸ਼ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਵੱਲੋਂ, ਆਖਰ ਕਿਉਂ ਕੁਝ ਮਤਿਆਂ ਦਾ ਵਿਰੋਧ ਕੀਤਾ ਗਿਆ? ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਹਰਿੰਦਰ ਸਿੰਘ ਚੰਦੂਮਾਜਰਾ ਜੀ, ਗੱਲਬਾਤ ਕਰਾਂਗੇ। ਚੰਦੂਮਾਜਰਾ ਸਾਹਿਬ, ਕੀ ਕਾਰਨ ਰਿਹਾ, ਕਿਉਂਕਿ ਆਮ ਆਦਮੀ ਪਾਰਟੀ ਨੇ ਵੀ ਵਾਕਆਊਟ ਕੀਤਾ ਹੈ, ਸ਼੍ਰੋਮਣੀ ਅਕਾਲੀ ਦਲ ਵੀ ਜੋ ਹੈ ਉਹ ਕਿਤੇ ਨਾ ਕਿਤੇ ਨਾਰਾਜ਼ ਨਜ਼ਰ ਆਈ ਅੰਦਰ, ਕੀ ਕਾਰਨ? ਦੇਖੋ, ਜਿਹੜਾ ਲੈਜਿਸਲੇਚਰ ਡਿਸਕੁਆਲੀਫਿਕੇਸ਼ਨ 'ਚ ਅਮੈਂਡਮੈਂਟ ਲੈ ਕੇ ਆ ਰਹੀ ਹੈ ਸਰਕਾਰ, ਉਹ ਬਿੱਲ ਲੈ ਕੇ ਆਉਂਦਾ, ਉਹਦਾ ਅਸੀਂ ਵਿਰੋਧ ਕੀਤਾ। ਅਸੀਂ ਕਹਿ ਰਹੇ ਹਾਂ ਵੀ ਇੱਕ ਪਾਸੇ ਤਾਂ ਸਰਕਾਰ ਜਿਹੜੀਆਂ ਸੋਸ਼ਲ ਵੈਲਫੇਅਰ ਦੀਆਂ ਸਕੀਮਾਂ ਨੇ ਅੱਜ ਪੰਜਾਬ 'ਚ ਉਹ ਬੰਦ ਪਈਆਂ, ਡੀ ਏ ਦੀਆਂ ਕਿਸ਼ਤਾਂ ਇੰਪਲੋਈਜ਼ ਨੂੰ ਨਹੀਂ ਮਿਲ ਰਹੀਆਂ, ਸਮੇਂ ਸਿਰ ਤਨਖਾਹਾਂ ਤੱਕ ਨਹੀਂ ਸਰਕਾਰ ਦੇ ਪਾ ਰਹੀ ਹੈਗੀ, ਅਤੇ ਬਹਾਨਾ ਖਾਲੀ ਖਜ਼ਾਨੇ ਦਾ ਲਾਇਆ ਜਾਂਦਾ। ਅਤੇ ਐਸੇ ਸਮੇਂ ਦੇ ਵਿੱਚ ਕੀ ਐਸੀ ਜ਼ਰੂਰਤ ਸੀ 6 ਐਡਵਾਈਜ਼ਰਸ ਦੀ? ਪਹਿਲਾਂ ਐਡੀ ਵੱਡੀ ਫੌਜ ਆ, 30 ਦੇ ਕਰੀਬ ਮਤਲਬ ਜਿਹੜੇ ਹੈਗੇ ਨੇ ਐਡਵਾਈਜ਼ਰਸ ਆਲਰੇਡੀ ਸੀ ਐਮ ਸਾਹਿਬ ਦੇ ਕੋਲ ਗਿਣਤੀ ਪਹੁੰਚ ਚੁੱਕੀ ਆ, ਇਹ 6 ਐਡਵਾਈਜ਼ਰਸ ਦੀ ਐਸੀ ਕੀ ਲੋੜ ਸੀ? ਕੀ ਐਸੀ ਖਾਸ ਸਲਾਹ ਦੇਣਗੇ ਜਿਹੜੀ ਬਤੌਰ ਵਿਧਾਇਕ ਨਹੀਂ ਦੇ ਸਕਦੇ? ਸਰ, ਕੰਮ ਵੱਧ ਗਿਆ ਪੰਜਾਬ ਦੇ ਵਿੱਚ ਜਾਂ ਖਜ਼ਾਨਾ ਵੱਧ ਗਿਆ? ਦੇਖੋ, ਇਹੀ ਸਵਾਲ ਅਸੀਂ ਸਰਕਾਰ ਦੇ ਅੱਗੇ ਕੀਤਾ ਵੀ ਜੇ ਖਜ਼ਾਨੇ, ਜਾਂ ਤੁਸੀਂ ਖਜ਼ਾਨੇ ਖਾਲੀ ਦੀ ਗੱਲ ਨਾ ਕਰੋ, ਜਾਂ ਐਸਾ ਬੋਝ ਖਜ਼ਾਨੇ 'ਤੇ ਨਾ ਪਾਓ, ਅਤੇ ਫਿਰ ਜਦੋਂ 15% ਦੀ ਕੌਨਸਟੀਟਿਊਸ਼ਨ ਦੇ ਵਿੱਚ ਇੱਕ ਇਹ ਹੈਗੀ ਆ ਵੀ 15% ਤੋਂ ਵੱਧ ਆਪਾਂ ਕੈਬਨਿਟ ਦਾ ਨਹੀਂ ਵਿਸਤਾਰ ਕਰ ਸਕਦੇ, ਅਤੇ ਫਿਰ ਚੋਰ ਮੋਰੀਆਂ ਰਾਹੀਂ ਐਸੇ ਲਾਭ ਦੇਣ ਦੀ ਕੀ ਜ਼ਰੂਰਤ ਆ? ਨਾਲੇ ਮੈਂ ਤਾਂ ਇਹ ਬੇਨਤੀ ਕੀਤੀ ਸੀ ਮੁੱਖ ਮੰਤਰੀ ਸਾਹਿਬ ਨੂੰ ਕੁਝ ਦਿਨ ਪਹਿਲਾਂ ਵੀ ਕਿ ਜੇ ਤੁਸੀਂ ਰੱਖਣੀ ਆ 6 ਮਾਹਰ ਲੋਕ ਰੱਖੋ, ਇਹਨਾਂ ਪਹਿਲਾਂ ਤਾਂ ਇਹਨਾਂ 6 ਦੀ ਮੁਹਾਰਤ ਦੱਸੋ, ਕਿਸ ਫੀਲਡ ਦੇ ਮਾਹਰ ਨੇ ਇਹ ਜਿਹੜੇ ਤੁਸੀਂ ਐਡਵਾਈਜ਼ਰ ਰੱਖੇ ਨੇ, ਫਿਰ ਜੇ ਤੁਸੀਂ ਰੱਖਣੀ ਆ 6 ਮਾਹਰ ਲੋਕ ਰੱਖੋ ਜਿਹੜੇ ਕਿਸੇ ਨਾ ਕਿਸੇ ਫੀਲਡ 'ਚ ਮੁਹਾਰਤ ਰੱਖਦੇ ਹੋਣ, ਕੋਈ ਐਗਰੀਕਲਚਰ ਦਾ ਮਾਹਰ ਹੋਵੇ, ਅੱਜ ਲੋੜ ਆ ਉਹਦੀ, ਕੋਈ ਆਰਥਿਕਤਾ ਦਾ ਮਾਹਰ ਹੋਵੇ, ਕਿਸੇ ਫੀਲਡ ਦਾ ਮਾਹਰ ਹੋਣ, ਉਹਨਾਂ ਨੂੰ ਤੁਸੀਂ ਰੱਖੋ। ਅਤੇ ਮੈਂ ਸਮਝਦਾ ਪੰਜਾਬ 'ਚ ਐਸੇ ਬਹੁਤ ਲੋਕ ਨੇ ਕਿ ਤੁਹਾਨੂੰ 6 ਐਸੇ ਸੱਜਣ ਮਿਲ ਸਕਦੇ ਨੇ, ਬੁੱਧੀਜੀਵੀ ਇੰਟਲੈਕਚੁਅਲ ਮਿਲ ਸਕਦੇ ਨੇ, ਜਿਹੜੇ ਤੁਹਾਨੂੰ ਵਲੰਟੀਅਰਲੀ ਸਰਵਿਸ ਦੇਣ ਨੂੰ ਤਿਆਰ ਹੋਣਗੇ, ਅਤੇ ਫਿਰ ਇਹ ਤਾਂ ਬਤੌਰ ਵਿਧਾਇਕ ਹਾਊਸ ਦੇ ਵਿੱਚ ਤੁਹਾਨੂੰ ਐਡਵਾਈਸ ਦੇ ਸਕਦੇ ਹਾਂ, ਵੈਸੇ ਤੁਹਾਨੂੰ ਮਿਲ ਸਕਦੇ ਹਾਂ। ਇਹਨਾਂ ਚੀਜ਼ਾਂ ਦੀ ਜ਼ਰੂਰਤ ਕੀ ਸੀ? ਅਤੇ ਜਿਹੜੀ ਗੱਲ ਇਹਨਾਂ ਨੇ ਕਹੀ ਆ ਵੀ ਅਸੀਂ ਕੋਈ ਵਾਧੂ ਭੱਤਾ ਨਹੀਂ ਲਵਾਂਗੇ, ਭੱਤੇ ਤਾਂ ਬਹੁਤ ਛੋਟੀ ਜਿਹੀ ਚੀਜ਼ ਹੁੰਦੀ ਹੈ, ਬਹੁਤ ਛੋਟਾ ਜਿਹਾ ਕੰਪੋਨੈਂਟ ਹੁੰਦਾ, ਬਹੁਤ ਸਾਰੀਆਂ ਐਸੀਆਂ ਸਹੂਲਤਾਂ, ਬਹੁਤ ਸਾਰਾ ਐਸਾ ਬੋਝ ਹੁੰਦਾ ਸਰਕਾਰ 'ਤੇ ਜਿਹੜਾ ਇਹਨਾਂ ਉਹਦੇ ਨਾਲ ਜੁੜਿਆ ਹੋਇਆ ਹੁੰਦਾ, ਸੋ ਇਸ ਚੀਜ਼ ਤੋਂ ਸਰਕਾਰ ਬਚ ਨਹੀਂ ਸਕਦੀ। ਮੈਂ ਸਮਝਦਾ ਕੋਈ ਇਹਦੇ 'ਚ ਸਰਕਾਰ ਕੋਲ ਜਵਾਬ ਨਹੀਂ ਸੀ। ਤੁਸੀਂ ਦੇਖੋ ਐਡਵਾਈਸ ਕੀ ਦੇ ਰਹੇ ਹਾਂ, ਆਹ ਸਰਕਾਰ ਜਿਹੜੇ ਬਿੱਲ ਲੈ ਕੇ ਆਈ ਉਹਨਾਂ 'ਤੇ ਪੋਲੀਟੀਕਲ ਐਡਵਾਈਜ਼ਰਸ ਹੀ ਆਪਣੀ ਰਾਏ ਦੇ ਰਹੇ ਸੀ, ਇਹਦਾ ਮਤਲਬ ਇਹਨਾਂ ਐਡਵਾਈਜ਼ਰਸ ਕੋਲੋਂ ਕੋਈ ਰਾਏ ਨਹੀਂ ਲਿੱਤੀ ਜਾਂਦੀ, ਇਹ ਸਿਰਫ ਨਾਮ ਦੇ ਨੇ, ਕੇਵਲ ਇੱਕ ਢੋ ਠੱਪੇ ਲਈ ਆ ਚੀਜ਼ਾਂ। ਇੱਕ ਹੋਰ ਜਿਹੜਾ ਅੱਜ ਮਤਾ ਪਾਸ ਕੀਤਾ ਗਿਆ ਹੈ ਕਿ SGPC ਨੂੰ ਦਰਬਾਰ ਸਾਹਿਬ ਵਿਖੇ ਬੀਬੀਆਂ ਨੂੰ ਵੀ ਕੀਰਤਨ ਕਰਨ ਦਿੱਤਾ ਜਾਵੇ, ਉਸ ਮਤੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਰੁੱਖ ਸੀ ਉਹ ਥੋੜ੍ਹਾ ਅਲੱਗ ਨਜ਼ਰ ਆਇਆ, ਕਿਉਂ? ਨਹੀਂ, ਬਿਲਕੁਲ ਅਲੱਗ ਨਹੀਂ ਸੀ, ਅਸੀਂ ਇਸ ਭਾਵਨਾ ਦੀ ਕਦਰ ਕੀਤੀ ਆ, ਅਸੀਂ ਮਤੇ ਦੀ ਪ੍ਰੋੜਤਾ ਵੀ ਕੀਤੀ ਆ। ਅਸੀਂ ਤਾਂ ਕੇਵਲ ਇੰਨਾ ਕਿਹਾ ਵੀ ਇਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਪ੍ਰੈਰੋਗੇਟਿਵ ਆ, ਆਪਾਂ ਉਹਨਾਂ ਨੂੰ ਬੇਨਤੀ ਕਰ ਦਈਏ ਵੀ ਮਰਿਆਦਾ ਅਨੁਸਾਰ ਜਿਵੇਂ ਵੀ ਹੈਗਾ, ਹੁਣ ਰਹਿਤ ਮਰਿਆਦਾ 'ਤੇ ਸਰਕਾਰਾਂ ਕਿਵੇਂ ਫੈਸਲਾ ਕਰ ਸਕਦੀਆਂ, ਇਹ ਤਾਂ ਇੱਕ ਧਰਮ ਦਾ ਆਪਣਾ ਨਿੱਜੀ ਅੰਦਰੂਨੀ ਖੇਤਰ ਹੁੰਦਾ, ਉਹ ਮਰਿਆਦਾ ਦੇ ਅਨੁਸਾਰ ਜੋ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਲੈਣ ਜਾਂ ਸ਼੍ਰੋਮਣੀ ਕਮੇਟੀ ਲਵੇ ਉਹਦਾ ਅਧਿਕਾਰ ਆ, ਅਤੇ ਉਹਦਾ ਸਵਾਗਤ ਕਰੀਏ। ਅਸੀਂ ਮਤੇ ਦੀ ਇਸ ਆਪਣਾ ਇੱਕ ਰਾਏ ਦਿੱਤੀ ਆ ਅਤੇ ਮਤੇ ਦੀ ਪ੍ਰੋੜਤਾ ਕੀਤੀ ਆ। ਚੰਦੂਮਾਜਰਾ ਸਾਹਿਬ, ਅੰਦਰ ਕਿਸਾਨਾਂ ਦੀ ਗੱਲ ਕਿਉਂ ਨਹੀਂ ਹੈ, ਕਿਉਂਕਿ ਕਿਸਾਨਾਂ ਦੀਆਂ ਫਸਲਾਂ ਮੰਡੀਆਂ ਦੇ ਵਿੱਚ ਰੁਲਦੀਆਂ ਪਈਆਂ ਨੇ, ਕਿਸਾਨ ਰੋ ਰਹੇ ਨੇ, ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਦੀ ਵੀ ਗੱਲ, ਤਾਜ਼ੀ ਗੱਲ ਜੇ ਕਰੀਏ, ਅੰਦਰ ਉਹ ਗੱਲ ਕਿਉਂ ਨਹੀਂ ਹੋਈ, ਕਿਉਂ ਨਹੀਂ ਚੱਕੀ ਗਈ? ਅੰਦਰ ਤੁਹਾਡੇ ਸਾਹਮਣੇ ਸੀ, 2 ਵਾਰੀ ਮੈਂ ਸਮਾਂ ਮੰਗਿਆ, ਅਤੇ ਪਹਿਲੀ ਵਾਰੀ ਤਾਂ ਇਹ ਗੱਲ ਰੱਖੀ, ਉਹ ਵੀ ਆਪਣੇ ਤਰੀਕੇ ਨਾਲ ਮੈਂ ਸਮਾਂ ਲੈ ਗਿਆ, ਉਹਨਾਂ ਵੱਲੋਂ ਨਹੀਂ ਦਿੱਤਾ ਗਿਆ। ਮੈਂ ਗੱਲ ਕੀਤੀ ਸੀਗੀ ਵੀ 3 ਜਿਹੜੇ
1 ਤਰੀਕ ਤੋਂ 12 ਤਰੀਕ ਤੱਕ ਡਰਾਈ ਡੇਜ਼ ਡਿਕਲੇਅਰ ਕੀਤੇ ਜਾਣ। ਕੱਲ੍ਹ ਮੰਗ ਰੱਖੀ ਸੀ ਇਹ ਵੀ ਸੀਐਮ ਸਾਹਿਬ ਨੂੰ ਮੈਂ ਚਿੱਠੀ ਲਿਖੀ ਸੀ, ਪਰ ਹੁਣ 1 ਤਰੀਕ ਤਾਂ ਲੰਘ ਗਈ, ਚਿੱਠੀ ਦੀ ਰਿਪਲਾਈ ਨਹੀਂ ਆਈ। ਘੱਟੋ ਘੱਟ ਹੁਣ 9 ਤਰੀਕ ਜਦੋਂ ਲਾਂਘਾ ਖੁੱਲ੍ਹਣਾ, 9 ਤੋਂ 12 ਤੱਕ ਦੇ ਜਿਹੜੇ ਦਿਨ ਨੇ ਜਦੋਂ ਸਮਾਗਮ ਹੋ ਰਹੇ ਨੇ, ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਦਾ ਬਹੁਤ ਵੱਡਾ ਦਿਨ ਹੈ ਆਪਣੀ ਜ਼ਿੰਦਗੀ 'ਚ ਆ ਰਿਹਾ। ਵੀ ਘੱਟੋ ਘੱਟ ਹੋਰ ਤਰ੍ਹਾਂ ਦਾ ਨਸ਼ਾ ਤਾਂ ਆਪਾਂ ਬੰਦ ਕਰਨ 'ਚ ਕਾਮਯਾਬ ਨਹੀਂ ਹੋਏ, ਪਰ ਜਿਹੜਾ ਨਸ਼ਾ ਸ਼ਰਾਬ ਸਰਕਾਰ ਵੇਚ ਰਹੀ ਆ, ਘੱਟੋ ਘੱਟ ਉਹਦੇ ਤਾਂ ਪਾਬੰਦੀ ਲਾਈਏ ਇਹਨਾਂ ਦਿਨਾਂ ਦੇ ਵਿੱਚ। ਦੂਜੀ ਗੱਲ, ਟੋਲ ਫਰੀ ਹੋਵੇ ਜਿੰਨੀਆਂ ਵੀ ਸੜਕਾਂ ਸੁਲਤਾਨਪੁਰ ਤੇ ਬੇਰ ਸਾਹਿਬ ਨੂੰ ਬੇਰ ਸਾਹਿਬ ਤੇ ਡੇਰਾ ਬਾਬਾ ਨਾਨਕ ਨੂੰ ਜਾਂਦੀਆਂ, ਉਹਨਾਂ 'ਤੇ ਜਿਹੜੇ ਸਟੇਟ ਹਾਈਵੇਜ਼ 'ਤੇ ਸਰਕਾਰ ਮਾਫ਼ ਕਰੇ, ਅਤੇ ਜਿਹੜੇ ਨੈਸ਼ਨਲ ਹਾਈਵੇ ਜਿਹਨੂੰ ਆਪਾਂ ਕੇਂਦਰ ਨੂੰ ਭੇਜੀਏ, $20 ਦੀ ਮੰਗ ਕੀਤੀ ਸੀ ਵੀ ਉਹ ਕੇਂਦਰ ਅਤੇ ਪੰਜਾਬ ਸਰਕਾਰ ਮਿਲ ਕੇ ਆਪਣਾ ਅੱਧ ਵੰਡ ਕੇ ਉਹ ਮਾਫ਼ ਕਰਨ, ਕੋਈ ਰਿਪਲਾਈ ਨਹੀਂ ਆਈ। ਬਲਕਿ ਫਿਰ ਜਿਹੜੀ ਕਿਸਾਨਾਂ ਦੀ ਗੱਲ ਮੈਂ ਕਰਨਾ ਚਾਹੁੰਦਾ ਸੀ, ਸਮਾਂ ਨਹੀਂ ਦਿੱਤਾ, ਕਿ ਅੱਜ ਦੇਖੋ ਸੀਐਮ ਸਾਹਿਬ ਦੇ ਅੱਜ ਖਬਰ ਲੱਗੀ ਆ, ਤੁਸੀਂ ਜਾਣਦੇ ਹੋ ਸੱਚ ਆ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਅੱਜ ਅੰਦਰ ਨੇ, ਕਿਉਂ? ਪਰਾਲੀ ਨੂੰ ਅੱਗ ਲਾਉਣ ਦੇ ਕਰਕੇ। ਹੁਣ ਮੈਂ ਸੀਐਮ ਸਾਹਿਬ ਨੂੰ ਇਹ ਬੇਨਤੀ ਕਰਦਾ, ਇਸ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਮੈਂ ਉਹਨਾਂ ਦੀ ਗ੍ਰਿਫਤਾਰੀ ਨੂੰ ਜਾਇਜ਼ ਠਹਿਰਾ ਦੂੰਗਾ ਜੇ ਉਹਨਾਂ ਨੂੰ ਤੁਸੀਂ ਮਸ਼ੀਨਰੀ ਪ੍ਰੋਵਾਈਡ ਕੀਤੀ ਹੋਈ, ਉਹਨਾਂ ਨੇ ਫਿਰ ਅੱਗ ਲਾਈ ਹੋਈ। ਜਦੋਂ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾ ਨਹੀਂ ਸਕੀ, ਆਪਾਂ ਉਹਨਾਂ ਨੂੰ ਮਸ਼ੀਨਰੀ ਨਹੀਂ ਪ੍ਰੋਵਾਈਡ ਕਰ ਸਕੇ ਜਿਹੜੀ ਆਪਣੀ ਡਿਊਟੀ ਸੀ, ਅਤੇ ਇਹਦਾ ਮਤਲਬ ਆਪਾਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਅਤੇ ਉਹਦਾ ਠੀਕਰਾ ਹੁਣ ਕਿਸਾਨਾਂ ਦੇ ਸਿਰ 'ਤੇ ਭੰਨਿਆ ਜਾ ਰਿਹਾ, ਉਹਨਾਂ ਨੂੰ ਅੰਦਰ ਕੀਤਾ ਜਾ ਰਿਹਾ। ਇਹ ਮੈਂ ਸਮਝਦਾ ਇਹ ਵੀ ਗਲਤ ਫੈਸਲਾ, ਅਤੇ ਸਭ ਤੋਂ ਵੱਡੀ ਗੱਲ ਪਹਿਲਾਂ ਵੀ ਪਿਛਲੇ ਸੈਸ਼ਨ 'ਚ ਹੋਈ ਸੀ ਵੀ ਜਿਹੜਾ ਆਹ 20 ਜੂਨ ਵਾਲਾ ਝੋਨੇ ਲਾਉਣ ਦਾ ਡੇਟ ਫਿਕਸ ਕੀਤੀ ਆ, ਵੀ ਇਹਦੇ ਨਾਲ ਮੋਇਸਚਰ ਦੀ ਬਹੁਤ ਵੱਡੀ ਸਮੱਸਿਆ ਆਊਗੀ ਅੱਗੇ ਜਾ ਕੇ। ਅੱਜ ਉਹੀ ਆ ਰਹੀ ਆ, ਅੱਜ ਮੰਡੀਆਂ ਦੇ ਵਿੱਚ ਝੋਨਾ ਰੁੜ ਰਿਹਾ, ਹੋ ਕੀ ਰਿਹਾ ਵੀ ਝੋਨਾ ਇੰਨਾ ਇਕੱਠਾ ਹੋ ਗਿਆ। ਮੁੱਖ ਮੰਤਰੀ ਸਾਹਿਬ ਦੇ ਆਪਣੇ ਜ਼ਿਲ੍ਹੇ ਦੇ ਵਿੱਚ ਮੈਂ ਲਾਈਵ ਹੋਇਆ ਸੀਗਾ, ਪਟਿਆਲਾ ਮਾਰਕੀਟ ਕਮੇਟੀ ਅਤੇ ਦੌਨਕਲਾ ਪਰਚੇਜ਼ ਸੈਂਟਰ ਮੈਂ ਗਿਆ, ਦਾਣਾ ਸੁੱਟਣ ਨੂੰ ਵੀ ਜਗ੍ਹਾ ਨਹੀਂ ਸੀ ਉੱਥੇ। ਜੇ ਤੁਸੀਂ ਫਸਲ ਨੂੰ ਉਲਟਾ ਹੀ ਨਹੀਂ ਸਕਦੇ ਤਾਂ ਸੁੱਕੂਗੀ ਕਿਵੇਂ? ਬਿਲਕੁਲ। ਅਤੇ ਫਿਰ ਪਈ ਢੇਰੀ ਦੇ ਵਿੱਚ ਮੋਇਸਚਰ ਹੋਰ ਵੱਧਦਾ, ਪਰੇਸ਼ਾਨ ਕੌਣ ਹੋ ਰਿਹਾ? ਕਿਸਾਨ। ਅਤੇ ਜ਼ਿੰਮੇਵਾਰੀ ਤੋਂ ਕੌਣ ਭੱਜੀ? ਨਿਭਾਉਣ 'ਚ ਸਫਲ ਕੌਣ ਹੋਈ? ਸਰਕਾਰ। ਤਾਂ ਸਰਕਾਰ ਉਹਦੀ ਭਰਪਾਈ ਕਰੇ। 200 ਰੁਪਏ ਦਾ ਕੱਟ ਲੱਗ ਰਿਹਾ, ਸ਼ੈਲਰ ਵਾਲਿਆਂ ਦੀ ਵੀ ਕੁਦਰਤੀ ਮਜ਼ਬੂਰੀ ਬਣ ਜਾਂਦੀ ਹੈ ਇਸੇ ਸਮੇਂ ਦੇ ਉੱਤੇ, 200 ਰੁਪਏ ਦਾ ਕੱਟ ਲਾ ਰਹੇ ਨੇ ਉਹ। ਸੋ ਇਹਦੇ ਵਿੱਚ ਸਰਕਾਰ ਇੰਟਰਵੀਨ ਕਰੇ, ਸਰਕਾਰ ਰਾਹਤ ਦੇਵੇ, ਕੋਈ ਐਸਾ ਇਸ ਚੀਜ਼ਾਂ ਨੂੰ ਸੁਲਝਾਵੇ। ਦੌਣ ਦੇ ਵਿੱਚ ਮੈਂ ਗਿਆ, ਕੁਛ ਰਾਹਤ ਦਵਾਈ, ਪਰ ਸਰਕਾਰ ਵੱਲੋਂ ਕੋਈ ਆਪਣੇ ਪੱਧਰ ਦੇ ਉੱਤੇ ਕੋਈ ਦੇਖ ਰੇਖ ਨਹੀਂ ਹੋ ਰਹੀ। ਅੱਜ ਸਾਰੇ ਪੰਜਾਬ ਦੇ ਵਿੱਚ ਹੀ ਜੇ ਪਟਿਆਲੇ ਮਾਰਕੀਟ ਕਮੇਟੀ 'ਚ ਇਹ ਹਾਲ ਆ, ਤਾਂ ਪੰਜਾਬ ਦਾ ਸਰਕਾਰ ਵੱਲੋਂ ਗੈਲੀ ਹੈ ਵੱਡੇ ਪੱਧਰ 'ਤੇ। ਮੈਂ ਕਹਿੰਦਾ ਸਰਕਾਰ ਕੋਈ ਹੈ ਹੀ ਨਹੀਂ, ਸਰਕਾਰ ਦਾ ਵਾਲੀਵਾਰ ਸੀ ਨਹੀਂ, ਸਰਕਾਰ ਦਾ ਕੋਈ, ਸਰਕਾਰ ਦਾ ਵਜ਼ੀਰ ਕਿਸੇ ਮੰਡੀ 'ਚ ਗਿਆ? ਤੁਸੀਂ ਦੱਸੋ ਮੈਨੂੰ। ਨਹੀਂ, ਮੰਡੀਆਂ 'ਚ ਵਜ਼ੀਰ ਇਸੇ ਸਮੇਂ ਰਾਊਂਡ ਲਾਉਂਦੇ ਹੁੰਦੇ ਨੇ, ਕੋਈ ਵਜ਼ੀਰ ਗਿਆ ਹੋਵੇ, ਕੋਈ ਅਧਿਕਾਰੀ ਗਿਆ ਹੋਵੇ। ਹੁਣ ਸ਼ੈਲਰ ਵਾਲੀ ਦੀ ਸਟ੍ਰਾਈਕ ਦਾ ਮਸਲਾ ਸੀ, ਇੱਕ ਜਿਹੜੇ 10 ਤਰੀਕ ਤੋਂ ਪਹਿਲਾਂ ਜਿਨ੍ਹਾਂ ਨੇ ਐਗਰੀਮੈਂਟ ਕਰ ਲਏ ਸੀਗੇ, ਸਰਕਾਰ ਪੱਖੀ ਹੋ ਗਏ ਸੀਗੇ, ਉਹਨਾਂ ਨੂੰ ਤਾਂ ਸਹੂਲਤਾਂ 100% ਅਲੋਟਮੈਂਟ ਕਰ ਰਹੀ ਹੈ ਸਰਕਾਰ, ਅਤੇ ਉਹ ਬਲੈਕਮੇਲ ਕਰ ਰਹੇ ਨੇ ਹੇਠਾਂ। ਅਤੇ ਜਿਹੜੇ 10 ਤਰੀਕ ਤੋਂ ਬਾਅਦ ਵਾਲੇ ਸੀ ਉਹਨਾਂ ਦੇ ਕੋਟੇ ਕੱਟਤੇ, ਅਤੇ ਇਹਦਾ ਪੀਸਿਆ ਕੌਣ ਗਿਆ ਇਹਦੇ 'ਚ? ਕਿਸਾਨ। ਬਿਲਕੁਲ। ਸੋ ਮੈਂ ਸਮਝਦਾ ਨੀਤੀਆਂ ਮਾਰੀਆਂ ਨੇ, ਇਹ ਐਡਵਾਈਜ਼ਰਸ ਕਿੱਥੇ ਨੇ ਉਦੋਂ? ਜੇ ਇਹਨਾਂ ਐਡਵਾਈਜ਼ਰ ਦੀ ਜਗ੍ਹਾ 'ਤੇ ਕੋਈ ਮਹਾਰਤ ਵਾਲੇ ਲੋਕ ਸਰਕਾਰ ਨੇ ਸੀਐਮ ਸਾਹਿਬ ਨੇ ਰੱਖੇ ਹੁੰਦੇ ਤਾਂ ਇਸੇ ਸਮੇਂ ਕੰਮ ਆ ਜਾਣਾ, ਹਾਲਾਤ ਕੁਛ ਹੋਰ ਹੁੰਦੇ, ਇਸੇ ਸਮੇਂ ਸਲਾਹਾਂ ਕੰਮ ਆ ਜਾਣੀ ਸੀਗੀਆਂ ਉਹ। ਬਿਲਕੁਲ। ਬਾਬਾ ਧਰਮਾ ਸਿੰਘ ਨਾਲ ਗੱਲਬਾਤ ਕਰਨ ਦੇ ਲਈ ਤਾਂ ਇਸ ਚੰਦੂ ਮਾਜਰਾ ਸਾਹਿਬ ਜਿਹਨਾਂ ਨੇ ਕਿਹਾ ਕਿ ਜੇਕਰ ਸਿਆਣੇ ਲੋਕ ਰੱਖੇ ਹੁੰਦੇ ਸਲਾਹਕਾਰ ਤਾਂ ਸ਼ਾਇਦ ਅੱਜ ਕਿਸਾਨਾਂ ਦਾ ਇਹ ਹਾਲ ਨਾ ਹੁੰਦਾ, ਆਮ ਲੋਕਾਂ ਦਾ ਇਹ ਹਾਲ ਨਾ ਹੁੰਦਾ। ਪਰ ਬਹੁਤ ਵੱਡਾ ਸਵਾਲ ਹੈ ਸਾਡੀ ਤਰਾਸਦੀ ਹੈ ਲੋਕਤੰਤਰ ਦੀ, ਜਿਸ ਵਿਧਾਨ ਸਭਾ ਦੇ ਅੰਦਰ ਲੋਕਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਨੇ, ਉੱਥੇ ਸਰਕਾਰਾਂ ਕਿਤੇ ਨਾ ਕਿਤੇ ਆਪਣੇ ਜੋ ਚਾਹਵਾਨ ਨੇ ਉਹਨਾਂ ਨੂੰ ਲਾਭ ਪਹੁੰਚਾ ਰਹੀਆਂ ਨੇ। ਆਫਿਸ ਆਫ ਪ੍ਰੋਫਿਟ ਯਾਨੀ ਕਿ ਲਾਭ ਦੇ ਅਹੁਦੇ ਦੇ ਲਈ 6 ਵਿਧਾਇਕਾਂ ਦਾ ਨਾਮ ਅੱਗੇ ਕੀਤਾ ਗਿਆ, ਐਸੀ ਕਮਿਸ਼ਨ ਦੇ ਚੇਅਰਪਰਸਨ ਦੀ ਉਮਰ ਵਧਾਈ ਗਈ, ਅਤੇ ਪ੍ਰਾਈਵੇਟ ਸਕੂਲਾਂ ਦੀ ਜੋ ਫੀਸ 'ਚ ਵਾਧਾ ਕੀਤਾ ਗਿਆ ਵੀ 8% ਤੱਕ ਦੀ ਉਹਨਾਂ ਨੂੰ ਛੋਟ ਦਿੱਤੀ ਗਈ, ਤੁਸੀਂ ਫੀਸ ਵਧਾ ਸਕਦੇ ਹੋ, ਯਾਨੀ ਕਿ ਮਾਪਿਆਂ ਦੀਆਂ ਜੇਬਾਂ ਦੇ ਡਾਕਾ ਲਾ ਸਕਦੇ ਹੋ। ਬਹੁਤ ਵੱਡਾ ਸਵਾਲ ਹੈ ਕਿ ਆਖਿਰ ਕਿਸਾਨਾਂ ਦੇ ਮੁੱਦੇ ਕਿਉਂ ਵਿਚਾਰੇ ਨਹੀਂ ਗਏ, ਕਿਉਂ ਆਮ ਲੋਕਾਂ ਦੇ ਮੁੱਦੇ ਵਿਚਾਰੇ ਨਹੀਂ ਗਏ ਇਸ ਵਿਧਾਨ ਸਭਾ ਇਜਲਾਸ ਦੇ ਦੌਰਾਨ? ਕੈਮਰਾ ਪਰਸਨ ਕਮਲ ਦੇ ਨਾਲ ਠਾਕੁਰ ਅਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।
ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।